ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੀਆਂ 17 ਮੁਲਾਜ਼ਮ ਜਥੇਬੰਦੀਆਂ ਵੱਲੋਂ ਮੁਲਾਜ਼ਮ ਮੰਗਾਂ ਮਨਵਾਉਣ ਸੰਬੰਧੀ ਐਸਡੀਐਮ ਫਗਵਾੜਾ ਦੇ ਦਫ਼ਤਰ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਅਤੇ ਇਸ ਧਰਨੇ ਦੀ ਅਗਵਾਈ ਕਰਮਜੀਤ ਸਿੰਘ ਭਗਰਾਣਾ ਸੂਬਾ ਪ੍ਰਧਾਨ ਵੱਲੋਂ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਭਗਰਾਣਾ ਨੇ ਕਿਹਾ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਜਨਤਾ ਨਾਲ ਕੁਝ ਵਾਅਦੇ ਕੀਤੇ ਸਨ, ਜਿਨ੍ਹਾਂ ਵਿੱਚ ਇੱਕ ਵਾਅਦਾ ਸੀ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਅਤੇ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਵੀ ਜਲਦ ਹੀ ਲਾਗੂ ਕਰ ਦਿੱਤੀ ਜਾਵੇਗੀ। ਪਰ ਨਵੀਂ ਸਰਕਾਰ ਦੀ ਬਾਗਡੋਰ ਸੰਭਾਲਦੇ ਸਾਰ ਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪਿਛਲੀ ਅਕਾਲੀ ਬੀਜੇਪੀ ਸਰਕਾਰ ਦੁਆਰਾ ਲੋਕ ਭਲਾਈ ਦੀਆਂ ਸਾਰੀਆਂ ਸਕੀਮਾਂ ਨੂੰ ਵੀ ਬੰਦ ਕਰ ਦਿੱਤਾ। ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਸ ਸੰਬੰਧੀ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਚੌਥਾ ਧਰਨਾ ਜੋ ਪੰਜਾਬ ਪਾਰਟੀ ਦੇ ਫੈਸਲੇ ਮੁਤਾਬਕ ਪੰਜਾਬ ਸਰਕਾਰ ਨੇ ਜੋ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸੌ ਝੂਠੀ ਚੱਕ ਕੇ ਜਿੱਥੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਖਿਲਾਫੀ ਕੀਤੀ, ਉੱਥੇ ਪੰਜਾਬ ਦੇ ਮੁਲਾਜ਼ਮਾਂ ਨਾਲ ਬਹੁਤ ਵੱਡਾ ਧਰੋਹ ਕਮਾਇਆ, ਕਿਉਂਕਿ ਸਰਕਾਰ ਬਣਾਉਣ ਤੋਂ ਪਹਿਲਾਂ ਬਹੁਤ ਵੱਡੀ ਜ਼ਿੰਮੇਵਾਰ ਇੱਕ ਜੋ ਅੱਜ ਦਾ ਚੀਫ ਮਿਨਿਸਟਰ ਹੈ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਚੁੱਕੀ ਕਿ ਮੈਂ ਹਰ ਵਿਅਕਤੀ ਨੂੰ ਘਰ ਘਰ ਰੁਜ਼ਗਾਰ ਦੇਵਾਂਗਾ, ਮੁਲਾਜ਼ਮਾਂ ਦੇ ਜੋ ਰਹਿੰਦੇ ਬਕਾਏ ਨੇ ਉਹ ਦੇਵਾਂਗਾ, ਨਵੀਂ ਭਰਤੀ ਕਰਾਂਗੇ, 27,500 ਪਿਛਲੀ ਸਰਕਾਰ ਦਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ, ਤੇ ਉਸ ਤੋਂ ਇਲਾਵਾ ਜੋ ਪਿਛਲੀ ਸਰਕਾਰ ਨੇ ਪੇ ਕਮਿਸ਼ਨ 6ਵਾਂ ਵਹਾਇਆ ਸੀ ਬਣਦੀ ਸਰਕਾਰ ਅਸੀਂ ਉਠਾਵਾਂਗੇ ਤੇ ਮੁਲਾਜ਼ਮਾਂ ਦੇਵਾਂਗੇ, ਰਹਿੰਦੀਆਂ ਡੀਏ ਦੀਆਂ ਕਿਸ਼ਤਾਂ ਤੇ ਨੌਜਵਾਨ ਵਰਗ ਨੂੰ ਨੌਕਰੀ ਦੇ ਕੇ ਜੋ ਕਿ ਭਰਤੀ ਕਰਾਂਗੇ। ਇਹ ਸਾਰੀਆਂ ਚੀਜ਼ਾਂ ਨੂੰ ਸਹੁੰ ਚੁੱਕ ਕੇ ਪੰਜਾਬ ਦਾ ਮੁੱਖ ਮੰਤਰੀ ਤੇ ਪੰਜਾਬ ਦਾ ਖਜ਼ਾਨਾ ਮੰਤਰੀ ਝੂਠ ਬੋਲ ਕੇ ਸਰਕਾਰ ਬਣਾ ਬੈਠਿਆ, ਤੇ ਅੱਜ ਦਾ ਜੋ ਮੁਲਾਜ਼ਮ ਹੈ ਜਿਵੇਂ ਕਿ ਟੀਚਰਾਂ ਦੀ ਤਨਖਾਹ 45,000 ਤੋਂ 15,000 ਕੀਤੀ, ਉਸ ਤੋਂ ਇਲਾਵਾ ਵੱਖੋ ਵੱਖ ਵਿਭਾਗਾਂ ਦੇ ਵਿੱਚ ਜੋ ਮਹਿਕਮੇ ਬੰਦ ਕਰਕੇ ਜਿਵੇਂ ਕਿ 500 ਬੱਸ ਤੇ ਉਹਦੇ ਨਾਲ ਵੇਅਰ ਹਾਊਸ ਉਹਨਾਂ ਦੇ ਮੁਲਾਜ਼ਮ ਲਗਭਗ 400 ਵਿਹਲੇ ਕਰਤੇ, ਅਤੇ ਪੰਜਾਬ ਦੇ ਵਿੱਚ ਜੋ ਖਰੀਦ ਹੈ ਉਹ ਬੰਦ ਕਰਕੇ ਜੋ ਸਰਪ੍ਰਸਤ ਕਰਤੇ ਮੁਲਾਜ਼ਮ, ਤੇ ਜਲ ਸਪਲਾਈ ਮੋਟੀਵੇਟਰ ਉਹ 1.5 ਮਹੀਨਾ ਟੈਂਕੀਆਂ ਤੇ ਬੈਠੇ ਹੈ, ਨਾ ਤਨਖਾਹ ਨਾ ਉਹਨਾਂ ਦੀ ਕੋਈ ਗੱਲ ਸੁਣੀ। ਤੁਹਾਡਾ ਨੈਕਸਟ ਸਟੈਪ ਕੀ ਹੈ ਜੇ ਸਰਕਾਰ ਤੁਹਾਡੀ ਮੰਗਾਂ ਨਹੀਂ ਮੰਨਦੀ? ਅਗਰ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ, ਜਿਸ ਦੇ ਵਿੱਚ ਅੱਜ ਲਗਭਗ 22 ਜਥੇਬੰਦੀਆਂ ਵੱਡੇ ਪੱਧਰ ਤੇ ਇਕੱਠੀਆਂ ਹੋ ਗਈਆਂ, ਜੋ ਕਿ ਸਾਡੇ ਪੰਜਾਬ ਦੇ ਵਿੱਚ ਜ਼ਿਲ੍ਹਾਵਾਰ ਧਰਨੇ ਚੱਲ ਰਹੇ ਨੇ ਡੀਸੀ ਸਾਹਿਬਾਨਾਂ ਦੇ ਥਰੂ, ਅਗਰ ਕੋਈ ਮੀਟਿੰਗ ਤੇ ਸਾਨੂੰ ਨਾ ਬੁਲਾਇਆ ਅਸੀਂ ਬੜਾ ਵੱਡਾ ਕਾਫਲਾ ਤਿਆਰ ਕਰਕੇ ਚੰਡੀਗੜ੍ਹ ਘਿਰਾਓ ਕਰਾਂਗੇ। ਚੰਡੀਗੜ੍ਹ ਇਕੱਲਾ ਘਿਰਾਓ ਕਰਨ ਦਾ ਹੀ ਗੱਲ ਨਹੀਂ ਰਹੂਗੀ, ਉੱਥੇ ਅਸੀਂ ਮਰਨ ਵਰਤੇ ਵੀ ਬੈਠ ਸਕਦੇ ਹਾਂ ਜਿੰਨਾ ਚਿਰ ਸਾਡੀਆਂ ਮੰਗਾਂ ਨਾ ਪ੍ਰਵਾਨ ਕੀਤੀਆਂ, ਕਿਉਂਕਿ ਜਿੱਥੇ ਅੱਜ ਪੰਜਾਬ ਦੇ ਵਿੱਚ ਕਿਸਾਨ ਫਾਹੇ ਲੈ ਮਰ ਰਿਹਾ, ਤੇ ਅੱਜ ਮੁਲਾਜ਼ਮ ਦੀ ਹਾਲਤ ਵੀ ਬਹੁਤ ਵੱਡੀ ਪਤਲੀ ਹੋ ਗਈ। ਇਹਨਾਂ ਨੇ 200 ਰੁਪਈਆ ਪਰ ਮੁਲਾਜ਼ਮ ਦੀ ਜੇਬ ਚੋਂ ਕੱਢਿਆ ਪੰਜਾਬ ਦੇ ਖਜ਼ਾਨਾ ਮੰਤਰੀ ਨੇ, ਜੋ ਕਿ ਇੱਕ ਮਹੀਨੇ ਦਾ 50,000 ਮੁਲਾਜ਼ਮਾਂ ਦਾ ਲਗਭਗ 1 ਕਰੋੜ ਰੁਪਈਆ ਬਣਦਾ। ਪੰਜਾਬ ਦੇ ਵਿੱਚ ਇਹੋ ਜਿਹਾ ਕਦੇ ਕਿਸੇ ਸਰਕਾਰ ਨੇ ਦੇਣ ਦੀ ਬਜਾਏ ਮੁਲਾਜ਼ਮਾਂ ਦੀਆਂ ਜੇਬਾਂ 'ਚੋਂ ਕੱਢਣ ਇਹ ਅੱਜ ਤੱਕ ਨਹੀਂ ਦੇਖਿਆ, ਜਿਹੜਾ ਕਿ 12 ਕਰੋੜ ਸਾਲਾਨਾ ਮੁਲਾਜ਼ਮਾਂ ਦੀਆਂ ਜੇਬਾਂ 'ਚੋਂ ਕੱਢਿਆ ਜਾ ਰਿਹਾ। ਇਸ ਤੋਂ ਇਲਾਵਾ ਇੰਨਾ ਲੰਬਾ ਨਹੀਂ ਅੰਕਲ ਜੀ, ਤੁਹਾਡਾ ਜਿਹੜਾ ਧਰਨਾ ਆ ਇਹ ਅਣਮਿਤ ਸਮੇਂ ਲਈ ਆ ਕਿ ਰੈਗੂਲਰ ਚੱਲਣੇ? ਇਹ ਰੈਗੂਲਰ ਚੱਲਣਗੇ ਜੀ, ਜ਼ਿਲ੍ਹਾ ਲੈਵਲ ਤੇ। ਜ਼ਿਲ੍ਹਾ ਲੈਵਲ ਤੇ ਹਾਂਜੀ, ਅੱਜ ਇੱਥੇ ਸੀਗਾ, ਕੱਲ ਨੂੰ ਅਸੀਂ ਅੱਜੇ ਬਾਡੀ ਵਿਚਾਰ ਕਰੂਗੀ ਜੋ ਅਗਲਾ ਧਰਨਾ ਅੱਜ ਫੈਸਲਾ ਕਰਕੇ ਦੱਸਿਆ ਜਾਊਗਾ। ਪਰ ਜਿੱਥੇ ਅੱਜ ਸਰਕਾਰ ਇਹ ਸਾਰੀਆਂ ਮੰਗਾਂ ਤੋਂ ਭੱਜ ਰਹੀ ਹੈ, ਜਿਸ ਮੁਲਾਜ਼ਮਾਂ ਨੇ ਸਰਕਾਰ ਨੂੰ ਬਣਾਇਆ ਸੀ, ਅਸੀਂ ਅੱਜ ਦਾਅਵਾ ਕਰਦੇ ਹਾਂ ਇਹਨੂੰ ਚਲਦੀ ਕਰਨ ਲਈ ਮੁਲਾਜ਼ਮ ਸੜਕਾਂ ਤੇ ਉਤਰਿਆ, ਤੇ ਅਸੀਂ ਘਰ ਨਹੀਂ ਬੈਠਾਂਗੇ ਜਿੰਨਾ ਚਿਰ ਮੁਲਾਜ਼ਮਾਂ ਦੇ ਹੱਕੀ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ। ਫਗਵਾੜਾ ਤੋਂ ਮਨੂ ਚਾਵਲਾ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।